ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ ਜੀ ਨਿਰਮਲ ਡੇਰਾ ਪਿੰਡ ਹਰਗਣਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੀ ਮਾਨ ਸੰਤ ਬਾਬਾ ਹਰਨੇਕ ਸਿੰਘ ਜੀ ਹਰਗਣਾ ਵਾਲਿਆਂ ਦੇ ਆਸ਼ੀਰਵਾਦ ਸਦਕਾ ਸੰਤ ਬਾਬਾ ਜਸਵੀਰ ਸਿੰਘ ਜੀ ਹਰਗਣਾ ਵਾਲਿਆਂ ਵੱਲੋਂ ਇਲਾਕਾ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਦੇ ਆਗਮਨ ਪੂਰਬ 'ਤੇ ਧਾਰਮਿਕ ਸਮਾਗਮ ਬੜੇ ਹੀ ਪ੍ਰੇਮ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ, ਜਿਸ ਵਿੱਚ ਪੰਥ ਪ੍ਰਸਿੱਧ ਮਹਾਂਪੁਰਖਾਂ ਰਾਗੀ ਢਾਡੀ ਕਥਾ ਵਾਚਕਾਂ ਕੀਰਤਨੀ ਚੌਥਿਆਂ ਨੇ ਸੰਗਤਾਂ ਨੂੰ ਗੁਰੂ ਦੀ ਇਲਾਹੀ ਬਾਣੀ ਦਾ ਨਿਹਾਲ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਜਸਵੀਰ ਸਿੰਘ ਜੀ ਹਰਗਣਾ ਵਾਲਿਆਂ ਨੇ ਦੱਸਿਆ ਕਿ ਬਾਬਾ ਸੁਖਦੇਵ ਸਿੰਘ ਜੀ ਸੈਦਪੁਰ ਵਾਲਿਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 5 ਲੋੜਵੰਦ ਪਰਿਵਾਰਾਂ ਦੀਆਂ ਬੱਚਿਆਂ ਦੇ ਆਨੰਦ ਕਾਰਜ ਕਰਵਾਏ ਗਏ ਅਤੇ ਇਹਨਾਂ ਬੱਚਿਆਂ ਨੂੰ ਲੋੜੀਂਦਾ ਸਮਾਨ ਵੀ ਦਿੱਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਸੰਤ ਬਾਬਾ ਸੁਖਦੇਵ ਸਿੰਘ ਜੀ ਸੈਦਪੁਰਾ ਵਾਲੇ, ਭਾਈ ਸਿਮਰਨਪ੍ਰੀਤ ਸਿੰਘ ਜੀ ਹੀਰਾ ਵਾਲੇ, ਬਾਬਾ ਕੁਲਦੀਪ ਸਿੰਘ ਜਮਾਤ ਵਾਲੇ, ਸ਼੍ਰੀਮਾਨ ਸੰਤ ਬਾਬਾ ਧਰਮ ਸਿੰਘ ਰੰਗਿਆਂ ਵਾਲੇ ਅਤੇ ਬੀਬੀ ਮੁਖਤਾਰ ਕੌਰ ਅਤੇ ਹੋਰ ਢਾਡੀ ਜਥਿਆਂ ਵੱਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਿਆ ਗਿਆ। ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਬਾਬਾ ਸ਼੍ਰੀ ਚੰਦ ਜੀ ਦੇ ਇੱਥੇ ਗੁਰਦੁਆਰਾ ਸਾਹਿਬ 'ਤੇ। ਕੁੜੀਆਂ ਦੇ 5 ਲੜਕੀਆਂ ਦੇ ਸ਼ਾਦੀਆਂ ਕੀਤੀਆਂ ਗਈਆਂ ਬਾਬਾ ਜਸਵੀਰ ਸਿੰਘ ਵੱਲੋਂ। ਬਾਕੀ ਜੋ ਉਹਨਾਂ ਦਾ ਯੋਗ ਵਸਤੂ ਦਾ ਸਮਾਨ ਤਾਂ ਉਹ ਦਿੱਤਾ ਗਿਆ ਸਾਰਾ ਉਹਨਾਂ ਨੂੰ। ਬਾਬਾ ਜੀ ਦੇ ਗੁਰਦੁਆਰਾ ਸਾਹਿਬ 'ਤੇ ਬਹੁਤ ਵਧੀਆ ਜ਼ਿਆਦਾ ਖਰਚ ਕਰਕੇ ਇਸ ਪਿੰਡ ਦੇ ਸੰਗਤ ਨੇ, ਇਲਾਕੇ ਦੀ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਹੈ। ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਬਾਬਾ ਜੀ ਦਾ ਵੀ ਧੰਨ ਕਰਦੇ ਹਾਂ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਦੀ ਤਰ੍ਹਾਂ ਧੰਨ ਧੰਨ ਬਾਬਾ ਸ਼੍ਰੀ ਚੰਦ ਜੀਆਂ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ ਜੀ ਹਰਗਣਾ ਵਿਖੇ ਸੰਤ ਬਾਬਾ ਜਸਵੀਰ ਸਿੰਘ ਜੀ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਵੱਡੇ ਸਮਾਗਮ ਅੱਜ ਇਸ ਪਾਵਨ ਸਥਾਨ 'ਤੇ ਮਨਾਏ ਗਏ, ਜਿੱਥੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਸੰਤ ਸਮਾਗਮ ਰਾਗੀ ਢਾਡੀ ਪਹੁੰਚੇ। ਉੱਥੇ ਨਾਲ ਹੀ ਲੋੜਵੰਦ ਪਰਿਵਾਰ ਦੀਆਂ ਬੱਚੀਆਂ ਦੇ ਵਿਆਹ ਜੋ ਹਰ ਸਾਲ ਹੀ ਮਹਾਂਪੁਰਖ ਕਰਦੇ ਨੇ ਉਹ ਵੀ ਕਾਰਜ ਕੀਤੇ ਗਏ ਨੇ। ਅਤੇ ਇਹਦਾ ਮੇਨ ਮਕਸਦ ਹੈ ਜਿਹੜਾ ਭਰੂਣ ਹੱਤਿਆਂ ਦਾ ਠੱਲ ਪਾਉਣ ਵਾਸਤੇ ਸਮਾਜ ਸੇਵਾ ਦੇ ਵਿੱਚ ਮਹਾਂਪੁਰਖ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ। ਸੋ ਸਾਨੂੰ ਸਾਰੀਆਂ ਸੰਗਤਾਂ ਦਾ ਫਰਜ਼ ਬਣਦਾ ਹੈ ਵੱਧ ਤੋਂ ਵੱਧ ਮਹਾਂਪੁਰਖਾਂ ਦਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਇਹ ਕਾਰਜ ਦਿਨ ਪਰ ਦਿਨ ਹੋਰ ਚੜ੍ਹਦੀ ਕਲਾ ਵਿੱਚ ਕੀਤੇ ਜਾਣ। ਸਾਰੀਆਂ ਸੰਗਤਾਂ ਦਾ ਜਥੇ ਵੱਲੋਂ ਮਹਾਂਪੁਰਖਾਂ ਵੱਲੋਂ ਧੰਨਵਾਦ ਵੀ ਕੀਤਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੱਡੇ ਸਪੁੱਤਰ ਭਗਵਾਨ ਸ੍ਰੀ ਚੰਦ ਜੀ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਅੱਜ ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਸਥਾਨਾਂ 'ਤੇ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ, ਜਿੱਥੇ ਕਿ 2 ਮਹੀਨੇ ਹੋ ਗਏ ਲੜੀ ਚੱਲ ਰਹੀ ਸੀ, ਅੱਜ ਲੜੀ ਦੀ ਸੰਪੂਰਨਤਾ 'ਤੇ 5 ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਕੀਤੇ ਗਏ ਅਤੇ ਲੋੜੀਂਦਾ ਸਮਾਨ ਵੀ ਦਿੱਤਾ ਗਿਆ। ਉਪਰੰਤ ਸਾਧੂ ਮਹਾਂਪੁਰਸ਼ਾਂ ਦੀ ਸੰਗਤ ਪੰਗਤ ਵੀ ਲਵਾਈ ਗਈ। ਸੋ ਭਾਈ, ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ, ਸੇਵਾਦਾਰਾਂ ਨੇ ਇਹਨਾਂ ਮਹਾਨ ਕਾਰਜਾਂ ਵਿੱਚ ਹਿੱਸੇ ਪਾਏ, ਯੋਗਦਾਨ ਪਾਇਆ, ਸਾਰਿਆਂ ਦਾ ਧੰਨਵਾਦ। ਗੁਰਦੁਆਰਾ ਸਾਹਿਬ ਵੱਲੋਂ ਅਤੇ ਸਾਡੇ ਨਗਰ ਹਰਗਣਾ ਵੱਲੋਂ ਸਮੂਹ ਸਾਧ ਸੰਗਤ ਜੀ ਦਾ ਧੰਨਵਾਦ, ਸਾਰੀ ਸੰਗਤ ਦਾ ਧੰਨਵਾਦ। ਮਰਿੰਡੇ ਤੋਂ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਪਹੁੰਚੇ ਨੇ, ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ, ਉਹਨਾਂ ਦਾ ਵੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਖੀਰ ਵਿੱਚ ਬਾਬਾ ਜਸਵੀਰ ਸਿੰਘ ਜੀ ਹਰਗਣਾ ਵਾਲਿਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਆਏ ਹੋਏ ਸੰਤਾਂ ਮਹਾਂਪੁਰਸ਼ਾਂ ਨੂੰ ਸਿਰੋਂ ਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੱਸੀ ਪਠਾਣਾ ਦੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੇਪੀ, ਸ਼੍ਰੋਮਣੀ ਕਮੇਟੀ ਮੈਂਬਰ ਰਵਿੰਦਰ ਸਿੰਘ ਖਾਲਸਾ ਅਮਲੋ, ਅਵਤਾਰ ਸਿੰਘ ਰਾਏ, ਬਲਾਕ ਸੰਮਤੀ ਮੈਂਬਰ ਲਖਵੀਰ ਸਿੰਘ ਲੱਕੀ, ਗੁਰਬਚਨ ਸਿੰਘ ਪ੍ਰਧਾਨ, ਗੁਰਿੰਦਰ ਸਿੰਘ ਪੰਚਾਇਤੀ ਮੈਂਬਰ, ਕਰਮਜੀਤ ਸਿੰਘ ਕੰਮਾ, ਭੁਪਿੰਦਰ ਸਿੰਘ ਮੋਰਿੰਡਾ, ਸੁਖਦੇਵ ਸਿੰਘ ਸਮੇਤ ਇਲਾਕੇ ਦੀਆਂ ਸੰਗਤਾਂ ਵੀ ਹਾਜ਼ਰ ਸਨ। ਆਹ
ਸੇਵਾ ਕਰਦਾ ਧਰਮ ਦੇ ਕਾਰਜ ਕਰਦੇ ਵਰਲਕਸ਼ਣੇ ਦੇਵ ਚੜ੍ਹਦੀ
ਮੇਰੇ ਦੇ ਸੇਵਾ ਨਾਰਾ ਤੇ ਆਪਣੀ ਕਿਰਪਾ ਭਰਿਆ ਚਲਾ ਕੇ ਸੇਵਾ ਕਰਦੇ ਬਰਦਕਸ਼ਣੇ ਹੁਣ ਕਿਰਪਾ ਕਰੋ ਜੀ ਆਪ ਹੁਕਮ ਨਾਮਾ ਸੁਣਾ ਕੇ ਸੂਤ ਜੋੜੀਆਂ ਨੂੰ ਸ਼ੀਰ ਪਾ ਦਿਓ ਜੀ ਸੰਗਤਾਂ ਨੂੰ ਕਰਤਾਰ ਕਰਿਓ ਸਾਧ ਕਾ ਸੰਗ ਨਾਮ ਕਾ ਰੰਗ ਭਜਨ ਕਾ ਪ੍ਰਤਾਪ ਦੁੱਖ ਰੇਸ ਕਾ ਨਾਸ ਦੇ ਪਿਆਰੇ ਮਿਲਣੇ ਜਿਹਨਾਂ ਮਿਲਣਿਆ ਤੇਰਾ ਨਾਮ ਜਿਤਾਵਾ ਨਾਨਕ ਨਾਮ ਸਤਿ ਕਾ ਵਾਹਿਗੁਰੂ ਜੀ ਕਾ ਖਾਲਸਾ ਵਿਸ਼ੇਸ਼ ਧਾਰਮਿਕ ਸਮਾਗਮ ਮੌਕੇ ਗੁਰੂ ਦੀਆਂ ਸੰਗਤਾਂ ਲਈ ਗੁਰੂ ਘਰ ਲੰਗਰ ਵੀ ਅਟੁੱਟ ਵਰਤਾਇਆ ਗਿਆ। ਅਖੀਰ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਸੰਗਤ ਸਿੰਘ ਜੀ ਨਿਰਮਲ ਡੇਰਾ ਪਿੰਡ ਹਰਗਣਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੀਮਾਨ ਸੰਤ ਬਾਬਾ ਹਰਨੇਕ ਸਿੰਘ ਜੀ ਹਰਗਣਾ ਵਾਲਿਆਂ ਦੇ ਆਸ਼ੀਰਵਾਦ ਸਦਕਾ ਸੰਤ ਬਾਬਾ ਜਸਵੀਰ ਸਿੰਘ ਹਰਗਣਾ ਵਾਲਿਆਂ ਵੱਲੋਂ ਇਲਾਕਾ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਦੇ ਆਗਮਨ ਪੂਰਬ ਦੇ ਧਾਰਮਿਕ ਸਮਾਗਮ ਆਪਣੀ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੂਰਨ ਹੋਇਆ। ਨਿਊਜ਼ ਟੈਕਸ ਤੋਂ ਸਵਾਤੀ ਸਕਸੇਨਾ ਦੇ ਨਾਲ ਮੋਰਿੰਡਾ ਤੋਂ ਗੁਰਬਾਣੀ ਚੈਨਲ ਲਈ ਗੁਰਮੀਤ ਸਿੰਘ ਚੋਪੜਾ ਦੀ ਰਿਪੋਰਟ ਛੱਤੀ ਕਲਾ ਟਾਈਮ ਟੀਵੀ।